ਚੀਨ ਚ ਆਖਰੀ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਹੋਇਆ ਬੰਦ। ਲਿੰਕਡਇਨ ਨੂੰ ਬੰਦ ਕਰਨ ਦੀ ਹੋ ਚੁੱਕੀ ਹੈ ਤਿਆਰੀ। ਚੀਨ ਦੇ ਸਖਤ ਨਿਯਮਾਂ ਕਾਰਨ ਮਾਈਕਰੋਸਾਫਟ ਨੇ ਲਿਆ ਫੈਸਲਾ। ਫੇਸਬੁੱਕ, ਟਵਿੱਟਰ, ਮੈਸੇਂਜਰ ਅਤੇ ਗੂਗਲ ਤੋਂ ਬਾਅਦ ਹੁਣ ਲਿੰਕਡਇਨ ਨੂੰ ਵੀ ਚੀਨ 'ਚ ਬੰਦ ਕਰਨ ਦੀ ਤਿਆਰੀ ਹੋ ਚੁੱਕੀ ਹੈ, ਜਿਸ ਨਾਲ ਆਖਰੀ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਵੀ ਚੀਨ 'ਚੋਂ ਬੰਦ ਹੋ ਜਾਏਗਾ। ਫੇਸਬੁੱਕ, ਟਵਿੱਟਰ ਅਤੇ ਹੋਰ ਕਈ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਚੀਨ 'ਚ ਬੰਦ ਸਨ, ਪਰ ਲਿੰਕਡਇਨ ਅਜੇ ਚੀਨ ਦੇ ਵਿੱਚ ਚੱਲ ਰਿਹਾ ਸੀ, ਜੋ ਹੁਣ ਬੰਦ ਹੋ ਜਾਏਗਾ, ਜਿਸ ਦਾ ਐਲਾਨ ਮਾਈਕਰੋਸਾਫਟ ਵੱਲੋਂ ਕਰ ਦਿੱਤਾ ਗਿਆ। ਮਾਈਕਰੋਸਾਫਟ ਨੇ ਇੱਕ ਬਲੌਗ ਪੋਸਟ 'ਚ ਕਿਹਾ ਕਿ ਉਸਨੂੰ ਚੀਨ 'ਚ ਜ਼ਿਆਦਾ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜਿੰਗ ਦੇ ਵੱਲੋਂ ਸੈਂਸਰਸ਼ਿਪ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਤੋਂ ਬਾਅਦ ਮਾਈਕਰੋਸਾਫਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਲਿੰਕਡਇਨ ਚੀਨ 'ਚ ਆਪਣੇ ਸਥਾਨਕ ਪਲੇਟਫਾਰਮ ਨੂੰ ਇਨ ਜੋਬਸ ਨਾਮਕ ਇੱਕ ਨਵੀਂ ਐਪ ਦੇ ਨਾਲ ਬਦਲ ਦੇਵੇਗਾ, ਜਿਸ ਵਿੱਚ ਲਿੰਕਡਇਨ ਦੇ ਕੁਝ ਕਰੀਅਰ ਨੈਟਵਰਕਿੰਗ ਵਿਸ਼ੇਸ਼ਤਾਵਾਂ ਹਨ, ਪਰ ਸਮਾਜਿਕ ਫੀਡ ਜਾਂ ਪੋਸਟ ਦੀ ਸਮਰੱਥਾ ਸ਼ਾਮਲ ਨਹੀਂ ਹੋਏਗੀ। ਭਾਵ ਇਸ ਦਾ ਟੀਚਾ ਸਿਰਫ ਜੋਬ ਤੱਕ ਸੀਮਤ ਹੋਏਗਾ ਅਤੇ ਇਸ ਵਿੱਚ ਸੋਸ਼ਲ ਫੀਡ ਜਾਂ ਫਿਰ ਸ਼ੇਅਰ ਦਾ ਆਪਸ਼ਨ ਨਹੀਂ ਹੋਏਗਾ। ਲਿੰਕਡਇਨ ਨੇ ਕਿਹਾ ਕਿ ਸਾਨੂੰ ਚੀਨੀ ਮੈਂਬਰਸ ਨੂੰ ਜੋਬਸ ਲੱਭਣ 'ਚ ਸਫਲਤਾ ਮਿਲੀ ਹੈ, ਪਰ ਜਿਹੀ ਸਫਲਤਾ ਸ਼ੇਅਰ ਕਰਨ ਜਿਹੇ ਸਮਾਜਿਕ ਪਹਿਲੂਆਂ 'ਤੇ ਨਹੀਂ ਮਿਲੇਗੀ। ਲਿੰਕਡਇਨ ਨੇ ਕਿਹਾ ਕਿ ਸਾਨੂੰ ਚੀਨ 'ਚ ਜ਼ਿਆਦਾ ਚੈਲੇਂਜਿੰਗ ਆਪਰੇਟਿੰਗ ਐਨਵਾਇਰਮੈਂਟ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਇਸ ਨੂੰ ਉੱਥੋਂ ਹਟਾਉਣ ਦਾ ਫੈਸਲਾ ਮਾਈਕਰੋਸਾਫਟ ਨੇ ਲਿਆ। ਲਿੰਕਡਇਨ ਨੂੰ 2014 ਦੇ ਵਿੱਚ ਚੀਨ 'ਚ ਲਾਂਚ ਕੀਤਾ ਗਿਆ ਸੀ, ਹਾਲਾਂਕਿ ਇਸ ਨੂੰ ਕਾਫੀ ਲਿਮਿਟਿਡ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਸੀ। ਦੂਜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਚੀਨ ਦੇ ਲਈ ਖਾਸ ਤੌਰ 'ਤੇ ਇੱਕ ਨਵਾਂ ਵਰਜਨ ਬਣਾ ਕੇ ਲਾਂਚ ਕੀਤਾ ਗਿਆ, ਤਾਂ ਕਿ ਚੀਨ 'ਚ ਵਿਦੇਸ਼ੀ ਕੰਪਨੀਆਂ ਦੇ ਲਈ ਇੰਟਰਨੈੱਟ ਦੇ ਜੋ ਸਖ਼ਤ ਨਿਯਮ ਬਣਾਏ ਗਏ ਨੇ ਉਹਨਾਂ ਦਾ ਪਾਲਣ ਕੀਤਾ ਜਾ ਸਕੇ। ਮਾਈਕਰੋਸਾਫਟ ਨੇ ਕਿਹਾ ਕਿ ਉਹ ਚੀਨ 'ਚ ਕੰਮਕਾਜ ਨੂੰ ਲੈ ਕੇ ਚੁਣੌਤੀਪੂਰਨ ਸਥਿਤੀਆਂ ਅਤੇ ਸਖ਼ਤ ਨਿਯਮਾਂ ਦੇ ਪਾਲਣ ਦੀਆਂ ਸ਼ਰਤਾਂ ਦੇ ਚੱਲਦਿਆਂ ਲਿੰਕਡਇਨ ਨੂੰ ਬੰਦ ਕਰਨ ਜਾ ਰਿਹਾ। ਦੱਸ ਦੇ ਕਿ ਚੀਨ ਦੇ ਵਿੱਚ ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ ਦੀ ਜਗ੍ਹਾ ਹੋਰ ਸਾਈਟਾਂ ਚੱਲ ਰਹੀਆਂ ਨੇ, ਜੋ ਕਿ ਚੀਨ ਦੇ ਵੱਲੋਂ ਹੀ ਤਿਆਰ ਕੀਤੀਆਂ ਗਈਆਂ ਨੇ। ਫੇਸਬੁੱਕ, ਟਵਿੱਟਰ, ਮੈਸੇਂਜਰ ਅਤੇ ਗੂਗਲ ਤੋਂ ਬਾਅਦ ਹੁਣ ਲਿੰਕਡਇਨ ਨੂੰ ਵੀ ਚੀਨ 'ਚ ਬੰਦ ਕਰਨ ਦੀ ਤਿਆਰੀ ਹੋ ਚੁੱਕੀ ਹੈ, ਜਿਸ ਨਾਲ ਆਖਰੀ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਵੀ ਚੀਨ 'ਚੋਂ ਬੰਦ ਹੋ ਜਾਏਗਾ। ਫੇਸਬੁੱਕ, ਟਵਿੱਟਰ ਅਤੇ ਹੋਰ ਕਈ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਚੀਨ 'ਚ ਬੰਦ ਸਨ, ਪਰ ਲਿੰਕਡਇਨ ਅਜੇ ਚੀਨ ਦੇ ਵਿੱਚ ਚੱਲ ਰਿਹਾ ਸੀ, ਜੋ ਹੁਣ ਬੰਦ ਹੋ ਜਾਏਗਾ, ਜਿਸ ਦਾ ਐਲਾਨ ਮਾਈਕਰੋਸਾਫਟ ਵੱਲੋਂ ਕਰ ਦਿੱਤਾ ਗਿਆ। ਬਿਊਰੋ ਰਿਪੋਰਟ, ਪ੍ਰੋ ਪੰਜਾਬ ਟੀਵੀ।